ਨਮਸਕਾਰ ਦੋਸਤੋ ਮੈਂ ਤੁਹਾਡਾ ਦੋਸਤ ਮਨਮੋਹ ਦੋਸਤੋ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੈਨੂੰ ਵੀਡੀਓ ਵਿੱਚ ਕਮੈਂਟ ਕਰਕੇ ਦੱਸ ਦਿਓ ਕਿ ਜਿਹੜੀ ਮੇਰੀ ਲਿਖਾਈ ਹੈ ਮੇਰੀ ਰਾਈਟਿੰਗ ਹੈ ਇਹ ਤੁਹਾਨੂੰ ਸਮਝ ਤੇ ਆ ਰਹੀ ਹੈ ਜਾਂ ਨਹੀਂ ਕਿਉਂਕਿ ਦੇਖੋ ਦੋਸਤੋ ਮੇਰੇ ਕੋਲ ਇਹ ਨੋਟਸ ਤਿਆਰ ਕੀਤੇ ਹੋਏ ਨੇ ਹੁਣ ਇਹਨੂੰ ਹੀ ਮੈਂ ਪ੍ਰੈਜੈਂਟੇਸ਼ਨ ਵਿੱਚ ਪ੍ਰੋਵਾਈਡ ਕਰਵਾਉਣਾ ਤਾਂ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਤਾਂ ਮੈਂ ਸੋਚਿਆ ਚਲੋ ਨੋਟਸ ਦੀ ਆਪਾਂ ਸਿੰਪਲ ਪੀਡੀਐਫ ਬਣਾ ਕੇ ਹੀ ਤੁਹਾਨੂੰ ਕਲਾਸ ਪ੍ਰੋਵਾਈਡ ਕਰਵਾ ਦਿਆਂਗੇ ਜੇ ਤੁਹਾਨੂੰ ਇਹ ਸਹੀ ਲੱਗਦੀ ਹੈ ਤਾਂ ਅੱਗੇ ਆਪਾਂ ਐਵੇਂ ਹੀ ਕੰਟੀਨਿਊ ਕਰ ਲਾਂਗੇ ਜੇ ਸਹੀ ਨਹੀਂ ਲੱਗੀ ਤਾਂ ਵੀਡੀਓ ਵਿੱਚ ਕਮੈਂਟ ਕਰ ਦਿਓ ਫਿਰ ਪ੍ਰੈਜੈਂਟੇਸ਼ਨ ਦੇ थ्रू ਹੀ ਤੁਹਾਨੂੰ ਉਸਾਸ ਪ੍ਰੋਵਾਈਡ ਕਰਵਾ ਦੇਵਾਂਗਾ ਤਾਂ ਇਹ ਪਾਰਟ 2 ਹੈ 1 ਵਰਡ ਸਬਸਟੀਟਿਊਸ਼ਨ ਦੇ ਰਿਗਾਰਡਿੰਗ ਪਹਿਲਾਂ ਇੱਕ ਕਲਾਸ ਕੀਤੀ ਸੀ ਆਪਾਂ ਕੱਲ ਤੇ ਉਹ ਜੇ ਤੁਸੀਂ ਨਹੀਂ ਦੇਖੀ ਤਾਂ ਉਹ ਵੀ ਵਿਜ਼ਿਟ ਕਰ ਲਓ ਕਾਫੀ ਇੰਪੋਰਟੈਂਟ ਕੁਐਸਚਨ ਕਵਰ ਨੇ ਉਸ ਵਿੱਚ ਵੀ ਠੀਕ ਹੈ ਹੁਣ ਆਪਾਂ ਜ਼ਿਆਦਾ ਟਾਈਮ ਵੇਸਟ ਨਹੀਂ ਕਰਦੇ ਕੁਐਸਚਨ ਨੰਬਰ 1 ਦੀ ਗੱਲ ਕਰੀਏ ਐਬਸੈਂਸ ਆਫ ਦਾ ਗਵਰਨਮੈਂਟ ਮਤਲਬ ਜਿੱਥੇ ਗਵਰਨਮੈਂਟ ਐਕਟਿਵ ਨਾ ਹੋਵੇ ਤਾਂ ਉਸ ਨੂੰ ਇੱਕ ਵਰਡ ਨਾਲ ਆਪਾਂ ਕੀਵੇਂ ਡਿਫਾਈਨ ਕਰਾਂਗੇ ਆਪਸ਼ਨ ਤੁਹਾਡੇ ਸਾਹਮਣੇ ਨੇ ਐਗਜ਼ਾਮ ਵਿੱਚ ਐਜ਼ ਇਟ ਤੁਹਾਨੂੰ ਚਾਰ ਆਪਸ਼ਨ ਦਿੱਤੇ ਹੋਣਗੇ ਆਪਸ਼ਨ ਨੰਬਰ ਏ ਅਨਾਰਕੀ ਆਪਸ਼ਨ ਨੰਬਰ ਬੀ ਅਰਿਸਟੋਕਰਸੀ ਆਪਸ਼ਨ ਨੰਬਰ ਸੀ ਆਟੋਕ੍ਰੇਸੀ ਆਪਸ਼ਨ ਨੰਬਰ ਡੀ ਆਟੋਨੋਮੀ ਤਾਂ ਇਹ ਜਿਹੜਾ ਵਾਕਿਆ ਹੈ ਠੀਕ ਹੈ ਇਹ ਸਬਸਟੀਟਿਊਸ਼ਨ ਹੈ ਇਹ ਵਨ ਵਰਡ ਕਿਹੜਾ ਹੋਵੇਗਾ ਇਹਨਾਂ ਚਾਰੋਂ ਆਪਸ਼ਨਾਂ ਵਿੱਚੋਂ ਤਾਂ ਇਸ ਦੀ ਮੈਂ ਪੰਜਾਬੀ ਵੀ ਤਾਂ ਕਿ ਤੁਹਾਨੂੰ ਥੋੜਾ ਇਜ਼ੀ ਲੱਗੇ ਪੰਜਾਬੀ ਵੀ ਨਾਲ ਦੇ ਨਾਲ ਲਿਖ ਦਿੱਤੀ ਹੈ ਇਹ ਪੜੋ ਤੇ ਵੀਡੀਓ ਵਿੱਚ ਕਮੈਂਟ ਕਰਕੇ ਦੱਸ ਦਿਓ ਕਿ ਇਹਨਾਂ ਚਾਰਾਂ ਵਿੱਚੋਂ ਕਿਹੜਾ ਰਾਈਟ ਆਪਸ਼ਨ ਹੈ ਠੀਕ ਹੈ ਅਨਾਰਕੀ ਮਤਲਬ ਕੀ ਹੁੰਦਾ ਜਿੱਥੇ ਸਰਕਾਰਾਂ ਨਹੀਂ ਹਨ ਠੀਕ ਹੈ ਤੇ ਅਰਿਸਟੋਕ੍ਰੇਸੀ ਮੈਨੇ ਕੀ ਹੁੰਦਾ ਜਿੱਥੇ ਕੋਈ ਸੰਸਥਾ ਕੰਟਰੋਲ ਵਿੱਚ ਨਾ ਰਹੇ ਉਸ ਨੂੰ ਕੀ ਇੱਕ ਵਰਡ ਵਿੱਚ ਆਪਾਂ ਜੇ ਡਿਫਾਈਨ ਕਰੀਏ ਕੀ ਕਹਿੰਦੇ ਆ ਅਰਿਸਟੋਕ੍ਰੇਸੀ ਕਹਿੰਦੇ ਆ ਠੀਕ ਹੈ ਤੇ ਆਟੋਕ੍ਰੇਸੀ ਕਿਹਨੂੰ ਕਹਿੰਦੇ ਆ ਆਪਾਂ ਜਿੱਥੇ ਇੱਕ ਇਨਸਾਨ ਦੇ ਹੱਥ ਵਿੱਚ ਸਾਰੀ ਪਾਵਰ ਹੋਵੇ ਠੀਕ ਹੈ ਉਸ ਨੂੰ ਆਪਾਂ ਆਟੋਕ੍ਰੇਸੀ ਕਹਿ ਦਿੰਦੇ ਆ ਤੇ ਆਪਸ਼ਨ ਨੰਬਰ ਡੀ ਕੀ ਹੈ ਆਟੋਨੋਮੀ ਕਿਹਨੂੰ ਕਹਿੰਦੇ ਆ ਕੋਈ ਕੰਟਰੀ ਜੋ ਇੰਡੀਪੈਂਡੈਂਟ ਹੈ ਉਸ ਨੂੰ ਆਪਾਂ ਆਟੋਨੋਮੀ ਦੇ ਨਾਮ ਨਾਲ ਜਾਣਦੇ ਆ ਤਾਂ ਦੇਖੋ ਪੰਜਾਬੀ ਤੁਹਾਨੂੰ ਸਮਝ ਆ ਗਈ ਵਰਡ ਸਭ ਪਤਾ ਲੱਗ ਗਿਆ ਹੁਣ ਜਿਹੜਾ ਵਰਡ ਹੈ ਉਹ ਵੀਡੀਓ ਵਿੱਚ ਕਮੈਂਟ ਕਰਕੇ ਰਾਈਟ ਆਨਸਰ ਦੱਸ ਦਿਓ ਕਿ ਇਸ ਦਾ ਰਾਈਟ ਆਨਸਰ ਕੀ ਹੋਣਾ ਚਾਹੀਦਾ ਤੇ ਆਈ ਹੋਪ ਕਮੈਂਟ ਤੁਸੀਂ ਕਰ ਦਿੱਤਾ ਹੋਊਗਾ ਇਸ ਦਾ ਰਾਈਟ ਆਨਸਰ ਹੈ ਉਹ ਆਪਸ਼ਨ ਨੰਬਰ A ਅਨਾਰਚੀ ਰਾਈਟ ਆਨਸਰ ਹੈ ਐਗਜ਼ਾਮ ਵੀ ਜਦੋਂ ਸੋ ਬਹੁਤ ਵਾਰ ਰਿਪੀਟ ਹੋਇਆ ਕੁਐਸਚਨ ਜਾਂ ਤਾਂ ਕਰਕੇ ਇਸ ਪੀਡੀਐਫ ਵਿੱਚ ਮੈਂ ਇਨਕਲੂਡ ਕੀਤਾ ਹੋਇਆ ਠੀਕ ਹੈ ਜਿੱਥੇ ਸਰਕਾਰਾਂ ਦੀ ਗੈਰ ਹਾਜ਼ਰੀ ਹੋਵੇ ਉਸ ਨੂੰ ਅਨਾਰਚੀ ਇੱਕ ਵਰਡ ਨਾਲ ਡਿਫਾਈਨ ਕੀਤਾ ਜਾਂਦਾ ਜਿਸ ਤੋਂ ਬਾਅਦ ਕੁਐਸਚਨ ਨੰਬਰ 2 ਦੀ ਗੱਲ ਕਰੀਏ ਪਟੇਨਿੰਗ ਆਫ ਦਾ ਹਾਰਟ ਮਤਲਬ ਕਿ ਦਿਲ ਨਾਲ ਸੰਬੰਧਿਤ ਠੀਕ ਹੈ ਇਹਨਾਂ ਵਿੱਚੋਂ ਕਿਹੜਾ ਆਪਸ਼ਨ ਹੈ ਜੋਡੀਅਕ ਕਾਰਡੀਅਕ ਰੈਨਲ ਤੇ ਮਸਕুলਰ ਚਾਰ ਆਪਸ਼ਨ ਨੇ ਤੁਹਾਨੂੰ ਦੱਸਦਾ ਜੋਡੀਅਕ ਮਤਲਬ ਕੀ ਹੁੰਦਾ ਇਹ ਰਾਸ਼ੀ ਨਾਲ ਸੰਬੰਧਿਤ ਹੁੰਦੀ ਹੈ ਤੇ ਕਾਰਡੀਅਕ ਦਿਲ ਦੇ ਨਾਲ ਸੰਬੰਧਿਤ ਹੁੰਦੀ ਹੈ ਠੀਕ ਹੈ ਤੇ ਰੈਨਲ ਕੀ ਹੁੰਦਾ ਕਿਡਨੀ ਦੇ ਨਾਲ ਸੰਬੰਧਿਤ ਹੁੰਦੀ ਹੈ ਤੇ ਮਸਕুলਰ ਮਾਸਪੇਸ਼ੀਆਂ ਦੇ ਨਾਲ ਸੰਬੰਧਿਤ ਹੁੰਦੀ ਹੈ ਠੀਕ ਹੈ ਹੁਣ ਕਮੈਂਟ ਕਰ ਦਿਓ ਕਿ ਕੁਐਸਚਨ ਨੰਬਰ 2 ਦਾ ਰਾਈਟ ਆਨਸਰ ਤੁਹਾਨੂੰ ਕਿਹੜਾ ਠੀਕ ਲੱਗਦਾ ਠੀਕ ਹੈ वैसे आई होप तू सही कमेंट कर देता होगा ਤੇ ਰਾਈਟ ਆਨਸਰ ਕਿਹਾ ਕਾਰਡੀਆ ਕਿ ਜਿਹੜਾ ਇਸ ਦਾ ਰਾਈਟ ਆਨਸਰ ਹੈ ਕਿਉਂਕਿ ਇਹ ਦਿਲ ਦੇ ਨਾਲ ਸੰਬੰਧਿਤ ਚੀਜ਼ ਹੈ ਓਕੇ ਇਸ ਤੋਂ ਬਾਅਦ ਕੁਐਸਚਨ ਨੰਬਰ 3 ਦੀ ਗੱਲ ਕਰੀਏ ਐਨ ਆਫਿਸ ਫੋਰ ਵਿਚ ਨੋ ਸੈਲਰੀ ਇਜ਼ ਪੇਡ ਮਤਲਬ ਕਿ ਇਸ ਤਰ੍ਹਾਂ ਦਾ ਆਫਿਸ ਜਿੱਤੇ ਤਨਖਾਹ ਨਹੀਂ ਦਿੱਤੀ ਜਾਂਦੀ ਕਵਸ ਨੂੰ ਆਪਾਂ ਜੇ ਇੱਕ ਵਰਡ ਨਾਲ ਡਿਫਾਈਨ ਕਰਨਾ ਚਾਹੀਏ ਤਾਂ ਇੱਕ ਵਰਡ ਕੀ ਹੁੰਦਾ ਆਪਸ਼ਨ ਨੰਬਰ ਏ ਹਸਪੀਟਲ ਆਫ ਵੀ ਬੀ ਫ੍ਰੀ ਆਪਸ਼ਨ ਨੰਬਰ ਸੀ ਹੋਨੋਰਰੀ অপਸ਼ਨ ਨੰਬਰ ਡੀ ਗ੍ਰੇਡਸ ਠੀਕ ਹੈ ਤਾਂ ਇਸ ਦੀ ਪੰਜਾਬੀ ਵੀ ਨਾਲ ਦੇ ਨਾਲ ਮੈਂ ਤੁਹਾਨੂੰ ਦੇ ਦਿੱਤੀ ਆ ਪੜੋ ਇਸ ਨੂੰ ਤੇ ਵੀਡੀਓ ਵਿੱਚ ਕਮੈਂਟ ਜਰੂਰ ਕਰਦੇ ਰਹੋ ਕਿ ਰਾਈਟ ਆਨਸਰ ਕੀ ਹੋ ਸਕਦਾ ਹੈ ਹੋਸਪਿਟੇਬਲ ਮਤਲਬ ਕੀ ਚੀਜ਼ ਹੁੰਦੀ ਹੈ ਬਹੁਤ ਧਿਆਨ ਰੱਖਣ ਵਾਲੀ ਚੀਜ਼ ਇਸ ਨੂੰ ਆਪਾਂ ਇੱਕ ਵਰਡ ਜੇ ਡਿਫਾਈਨ ਕਰ ਸਕਦੇ ਹਾਂ ਹੋਸਟੇਬਲ ਕਹਿ ਸਕਦੇ ਹਾਂ ਠੀਕ ਹੈ ਫ੍ਰੀ ਮਤਲਬ ਆਪਾਂ ਨੂੰ ਪਤਾ ਹੈ ਕਿ ਜਿਹੜਾ ਫ੍ਰੀ ਹੁੰਦਾ ਚੀਜ਼ ਤੇ ਹੋਨੋਰਰੀ ਮਤਲਬ ਕੀ ਹੁੰਦਾ ਜਿੱਥੇ ਆਪਣੀ ਮਰਜ਼ੀ ਤੋਂ ਬਿਨਾਂ ਬਿਨਾਂ ਕਿਸੇ ਤਨਖਾਹ ਤੋਂ ਕੰਮ ਕਰਨ ਵਾਲੀ ਜਗ੍ਹਾ ਇਆ ਉਸ ਨੂੰ ਕੀ ਕਹਿੰਦੇ ਨੇ ਹਾਨੋਰਰੀ ਕਹਿੰਦੇ ਨੇ ਤੇ ਗ੍ਰੇਡਸ ਜਿਹੜੀ ਫ੍ਰੀ ਆਫ ਕੋਸਟ ਵਾਲੀ ਚੀਜ਼ ਹੋਵੇ ਉਸ ਨੂੰ ਗ੍ਰੇਸਟ ਕਿਹਾ ਜਾਂਦਾ ਗ੍ਰੇਡਸ ਕਿਹਾ ਜਾਂਦਾ ਠੀਕ ਹੈ ਤਾਂ ਇਸ ਦਾ ਰਾਈਟ ਆਨਸਰ ਆਈ ਹੋਪ ਤੁਸੀਂ ਕਮੈਂਟ ਕਰ ਦਿੱਤਾ ਹੋਵੇਗਾ ਤੇ ਇਸ ਦਾ ਰਾਈਟ ਆਨਸਰ ਹੋਊਗਾ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਹੈ ਹਾਨੋਰਰੀ ਜਿੱਥੇ ਆਪਣੀ ਮਰਜ਼ੀ ਤੋਂ ਬਿਨਾ ਮਤਲਬ ਆਪਣੀ ਮਰਜ਼ੀ ਨਾਲ ਕੰਮ ਕਰੇ ਬਿਨਾ ਕਿਸੇ ਤਨਖਾਹ ਤੋਂ ਠੀਕ ਹੈ ਦੋਸਤੋ ਇਹ ਸਾਰੇ ਟਾਪ ਐਕਸਪੈਕਟਿਡ ਕੁਐਸਚਨਸ ਨੇ ਐਗਜ਼ਾਮ ਵਿੱਚ ਡੈਫੀਨਟਲੀ ਤੁਹਾਨੂੰ ਮੈਂ 250 ਪ੍ਰੋਵਾਈਡ ਕਰਵਾਵਾਂਗਾ ਇਹ ਜਿਹੜੇ ਵੀ ਵਨ ਵਰਡ ਸਬਸਿਡੈਂਸ ਹੈ ਇਹ ਤੁਹਾਨੂੰ 250 ਕੁਐਸਚਨ ਪ੍ਰੋਵਾਈਡ ਕਰਾਂ ਉਹਨਾਂ ਵਿੱਚੋਂ ਹੀ ਮਤਲਬ ਕਿ ਜਿਹੜੇ ਇੰਪੋਰਟੈਂਟ ਕੁਐਸਚਨ ਹੋਣਗੇ ਐਗਜ਼ਾਮ ਵਿੱਚ ਪਟੋਨ ਹੋ ਜਾਣਗੇ ਠੀਕ ਹੈ ਇਸ ਤੋਂ ਬਾਅਦ ਕੁਐਸਚਨ ਨੰਬਰ 4 ਦੀ ਗੱਲ ਕਰੀਏ ਇਹ ਪਰਸਨ ਲਿਵਿੰਗ ਪਰਮਨੈਂਟਲੀ ਇਨ ਅ ਸਰਟਨ ਪਲੇਸ ਠੀਕ ਹੈ ਕੋਈ ਪਰਸਨ ਹੈ ਜੋ ਕਾਫੀ ਟਾਈਮ ਤੋਂ ਇੱਕ ਜਗ੍ਹਾ ਤੇ ਹੀ ਰਹਿੰਦਾ ਹੈ ਉਸ ਨੂੰ ਆਪਾਂ ਕੀ ਕਹਿੰਦੇ ਡੋਮਿਸਾਈਲ ਡੋਮਿਸਾਈਲ ਮੈਨੇ ਕੀ ਹੁੰਦਾ ਪਰਮਨੈਂਟ ਕਿਸੇ ਜਗ੍ਹਾ ਤੇ ਰਹਿਣ ਵਾਲਾ ਠੀਕ ਹੈ ਨੇਟਿਵ ਕੀ ਹੁੰਦਾ ਜਨਮ ਸਥਾਨ ਹੁੰਦਾ ਇਹ ਤੇ ਸਿਟੀਜ਼ਨ ਕੀ ਹੁੰਦੀ ਹੈ ਨਾਗਰਿਕਤਾ ਹੁੰਦੀ ਹੈ ਠੀਕ ਹੈ ਤੇ ਸਬਜੈਕਟ ਕੀ ਹੁੰਦਾ ਵਿਸ਼ਾ ਹੁੰਦਾ ਤਾਂ ਹੁਣ ਵੀਡੀਓ ਵਿੱਚ ਕਮੈਂਟ ਕਰ ਦਿਓ ਆਈ ਹੋਪ ਤੁਸੀਂ ਕਮੈਂਟ ਕਰਦੇ ਤਾਂ ਹੋਵੇਗਾ ਪੜ੍ਹ ਕੇ ਕੀ ਇਸ ਪੂਰੀ ਲਾਈਨ ਦਾ ਇੱਕ ਵਰਡ ਦਾ ਡਿਫਾਈਨ ਕਿਵੇਂ ਕਰ ਸਕਦੇ ਤਾਂ ਇਸ ਦਾ ਰਾਈਟ ਆਨਸਰ ਆਪਸ਼ਨ ਨੰਬਰ A ਡੋਮਸਾਈਲ ਇਜ਼ ਦਾ ਰਾਈਟ ਆਨਸਰ ਹੈ ਪਰਮਨੈਂਟ ਕਿਸੇ ਜਗ੍ਹਾ ਤੇ ਰਹਿਣ ਵਾਲੇ ਨੂੰ ਆਪਾਂ ਇਸ ਨਾਲ ਰਿਲੇਟ ਕਰ ਸਕਦੇ ਆ ਓਕੇ ਤਾਂ ਦੋਸਤੋ ਵੀਡੀਓ ਨੂੰ ਲਾਈਕ ਤੇ ਕਮੈਂਟ ਜਰੂਰ ਕਰ ਦਿਆ ਕਰੋ ਬਿਕੋਜ਼ ਤੁਹਾਡੇ ਲਾਈਕ ਤੇ ਕਮੈਂਟ ਨਾਲ ਮੋਟੀਵੇਟ ਹੁੰਦਾ ਮੈਂ ਤੇ ਅੱਗੇ ਜੀ ਕਰਦਾ ਹੋਰ ਤੁਹਾਨੂੰ ਸਟੱਡੀ ਮਟੀਰੀਅਲ ਪ੍ਰੋਵਾਈਡ ਕਰਵਾਇਆ ਜਾਵੇ ਤੇ ਜੇ ਹਾਲੇ ਤੱਕ ਸਾਡਾ WhatsApp ਗਰੁੱਪ ਨਹੀਂ ਜੁਆਇਨ ਕੀਤਾ ਤਾਂ ਲਿੰਕ ਮੈਂ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਹੈ ਜਾ ਕੇ WhatsApp ਗਰੁੱਪ ਵੀ ਜੁਆਇਨ ਕਰ ਸਕਦੇ ਹੋ ਓਕੇ ਇਸ ਤੋਂ ਬਾਅਦ ਕੁਐਸਚਨ ਨੰਬਰ 5 ਦੀ ਗੱਲ ਕਰੀਏ ਫੀਅਰ ਆਫ ਹਾਈ ਪਲੇਸ ਫੀਅਰ ਆਫ ਆਫ ਹਾਈ ਪਲੇਸ ਇਸ ਦਾ ਮਤਲਬ ਕੀ ਹੋ ਗਿਆ ਉਚਾਈ ਤੋਂ ਡਰ ਲੱਗਣਾ ਇਸ ਨੂੰ ਆਪਾਂ ਇੱਕ ਵਰਡ ਵਿੱਚ ਡਿਫਾਈਨ ਕਰੀਏ ਤਾਂ ਕੀ ਕਹਾਂਗੇ ਆਪਸ਼ਨ ਨੰਬਰ A ਹਿਮੋਫੋਬੀਆ ਆਫੇ ਨੰਬਰ B ਸਾਈਨੋਫੋਬੀਆ ਆਪਸ਼ਨ ਨੰਬਰ C ਐਕ੍ਰੋਫੋਬੀਆ ਆਪਸ਼ਨ ਨੰਬਰ D ਹਾਈਡਰੋਫੋਬੀਆ ਤਾਂ ਠੀਕ ਹੈ ਤੇ ਹਿਮੋਫੋਬੀਆ ਮੈਨੇ ਕੀ ਹੁੰਦਾ ਖੂਨ ਤੋਂ ਡਰ ਲੱਗਣਾ ਸਾਈਨੋਫੋਬੀਆ ਦਾ ਮਤਲਬ ਕੀ ਹੁੰਦਾ ਕੁੱਤੇ ਤੋਂ ਡਰ ਲੱਗਣਾ ਠੀਕ ਹੈ ਐਕ੍ਰੋਫੋਬੀਆ ਕੀ ਹੁੰਦਾ ਉਚਾਈ ਤੋਂ ਡਰ ਲੱਗਣਾ ਤੇ ਹਾਈਡਰੋਫੋਬੀਆ ਕੀ ਹੁੰਦਾ ਪਾਣੀ ਤੋਂ ਡਰਨਾ ਤਾਂ ਇਸ ਦਾ ਰਾਈਟ ਆਨਸਰ ਵੀਡੀਓ ਵਿੱਚ ਕਮੈਂਟ ਕਰ ਦਿਓ ਆਈ ਹੋਪ ਪੰਜਾਬੀ ਸਮਝਣ ਤੋਂ ਬਾਅਦ ਤੁਹਾਨੂੰ ਈਜ਼ੀ ਹੋ ਜਾਊਗਾ ਕਿ ਇਸ ਦਾ ਰਾਈਟ ਆਨਸਰ ਆ ਫਿਰ ਵੀ ਮੈਂ ਤੁਹਾਨੂੰ ਦੱਸ ਦੇਣਾ ਇਜ਼ ਦਾ ਰਾਈਟ ਆਨਸਰ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਹੈ ਐਕ੍ਰੋਫੀਬੀਆ ਜਿਸ ਦਾ ਮਤਲਬ ਕੀ ਹੁੰਦਾ ਉਚਾਈ ਤੋਂ ਡਰ ਲੱਗਣਾ ਓਕੇ ਕੁਐਸਚਨ ਨੰਬਰ 6 ਦੀ ਗੱਲ ਕਰੀਏ ਇਜ਼ ਦਾ ਰਾਈਟ ਆਫ ਦਾ ਰਾਈਟ ਟੂ ਵੋਟ ਇਨ ਪਬਲਿਕ ਇਲੈਕਸ਼ਨ ਠੀਕ ਹੈ ਇਸ ਨੂੰ ਜੇ ਇੱਕ ਵਰਡ ਵਿੱਚ ਆਪਾਂ ਡਿਫਾਈਨ ਕਰੀਏ ਤਾਂ ਕੀ ਹੋਵੇਗਾ ਆਪਸ਼ਨ ਅ ਬ੍ਰੈਂਚਾਈਜ਼ਿਸ ਜਿਸ ਨੂੰ ਵੋਟ ਦੇਣ ਦਾ ਅਧਿਕਾਰ ਕਿਹਾ ਜਾਂਦਾ ਇਕਵੈਲਟੀ ਸਭ ਬਰਾਬਰ ਹੁੰਦਾ ਇਕਵੈਲਟੀ ਮੈਨੇ ਲਿਬਰਟੀ ਮੈਨੇ ਆਜ਼ਾਦੀ ਹੁੰਦੀ ਹੈ ਕੁਝ ਵੀ ਕਰਨ ਦਾ ਅਧਿਕਾਰ ਹੁੰਦਾ ਫਾਈਨੈਂਸ ਮੈਨੇ ਕੀ ਹੁੰਦਾ ਵਿੱਤ ਹੁੰਦਾ ਵਿੱਤ ਯਾਨੀ ਪੈਸਾ ਤਾਂ ਇਹਦਾ ਜਿਹੜਾ ਰਾਈਟ ਆਨਸਰ ਹੋ ਜਾਆ অপਸ਼ਨ ਨੰਬਰ এ ਫ੍ਰੈਂਚਾਈਜ਼ੀਜ਼ ਬੋਰਡ ਦੇਣ ਦਾ ਅਧਿਕਾਰ ਇਜ਼ ਦਾ ਰਾਈਟ ਆਨਸਰ ਹੈ। ਅਗਲਾ ਕੁਐਸਚਨ ਨੰਬਰ 11 ਦੀ ਗੱਲ ਕਰੀਏ, a speech made without preparations, ਮਤਲਬ ਕਿ ਕੋਈ ਪਾਠਨ ਹੈ ਬਿਨਾਂ ਤਿਆਰੀ ਤੋਂ ਦਿੱਤੇ ਗਿਆ ਭਾਸ਼ਣ ਨੂੰ ਕੀ ਵਰਡ ਨਾਲ ਆਪਾਂ ਸੋ ਕਰਾਂਗੇ? ਤਾਂ অপਸ਼ਨ ਨੰਬਰ এ ਸਟੇਟਮੈਂਟ, ਸਟੇਟਮੈਂਟ ਮੈਨੇ ਤੁਹਾਨੂੰ ਪਤਾ ਬਿਆਨ ਹੁੰਦਾ ਠੀਕ ਹੈ। ਇਹ ਤਾਂ ਹੋ ਨਹੀਂ ਸਕਦਾ। ਡਿਬੇਟ ਮੈਨੇ ਕੀ ਹੁੰਦਾ ਦੋਸਤੋ? ਬਹਿਸ ਕਰਨਾ, ਬਹਿਸ ਕਰਨ ਦਾ ਮਤਲਬ ਕਿਸੇ ਨੂੰ ਦੂਜੀ ਚੀਜ਼ ਪਸੰਦ ਹੈ, ਕਿਸੇ ਨੂੰ ਪਹਿਲੀ ਚੀਜ਼ ਪਸੰਦ ਹੈ, ਉਸ ਬਾਰੇ ਬਹਿਸ ਕਰਨ ਨੂੰ ਆਪਾਂ ਡਿਬੇਟ ਕਹਿੰ অপশন নাম্বার সি এক্স টেম্পোরি তে ਇਸ ਦਾ ਮਤਲਬ ਕੀ ਹੁੰਦਾ ਹੈ ਬਿਨਾਂ ਤਿਆਰੀ ਤੋਂ ਭਾਸ਼ਣ ਦੇਣਾ ਠੀਕ ਹੈ ਆਈ ਹੋਪ ਤੁਹਾਨੂੰ রাইট ਆਨਸਰ ਪਤਾ ਲੱਗ ਗਿਆ ਹੋਵੇਗਾ फटाफट ਵੀਡੀਓ ਵਿੱਚ ਕਮੈਂਟ ਕਰ ਦਿਓ ਤਾਂ ਕਿ ਮੈਨੂੰ ਤੁਹਾਡੀ ਇਨਵੋਲਵਮੈਂਟ ਦਾ ਪਤਾ ਲੱਗਦਾ ਰਹੇ ਕਿ ਤੁਸੀਂ ਕਿੰਨਾ ਕੁ ਸੀਰੀਅਸ ਹੋ ਸਟੱਡੀ ਵਾਸਤੇ ਸਪੀਚ ਮੈਨੇ ਤੁਹਾਨੂੰ ਪਤਾ ਹੈ ਭਾਸ਼ਣ ਹੁੰਦਾ ਠੀਕ ਹੈ ਜਿਹੜਾ ਪੂਰੀ ਤਿਆਰੀ ਨਾਲ ਭਾਸ਼ਣ ਦਿੱਤਾ ਜਾਵੇ ਉਸਨੂੰ ਆਪਾਂ ਸਪੀਚ ਕਹਿੰਦੇ ਆ ਕੁਐਸਚਨ ਨੰਬਰ 12 ਦੀ ਗੱਲ ਕਰੀਏ ਅ ਕੁਇਟ ਪਰਸਨ ਹੂ ਪ੍ਰਿਫਰਸ ਟੂ ਸਪੈਂਡ ਟਾਈਮ ਅਲੋਨ ਮਤਲਬ ਕਿ ਇਸ ਤਰ੍ਹਾਂ ਦਾ ਵਿਅਕਤੀ ਜੋ ਇਕੱਲਾ ਇਕੱਲਾ ਰਹਿਣਾ ਪਸੰਦ ਕਰਦਾ ਤਾਂ ਉਸ ਨੂੰ ਆਪਾਂ ਕਿਹੜੇ ਵਰਡ ਨਾਲ ਡਿਫਾਈਨ ਕਰਾਂਗੇ ਇੱਕ ਵਰਡ ਨਾਲ ਕਿਹੜੇ ਵਰਡ ਨਾਲ ਡਿਫਾਈਨ ਕਰਾਂਗੇ ਤਾਂ ਆਪਸ਼ਨ ਨੰਬਰ A ਨੈਰਸਿਸਟ ਇਸ ਦਾ ਮਤਲਬ ਕੀ ਹੁੰਦਾ ਜੋ ਖੁਦ ਨੂੰ ਪਸੰਦ ਕਰਦਾ ਜਿਵੇਂ ਐਗਜ਼ਾਮਪਲ ਮੈਂ ਬਾਲਾ ਸੋਹਣਾ ਹਨਾ ਤਾਂ ਆਪ ਦੀ ਤਾਰਿਫ ਆਪ ਹੀ ਸੋਚ-ਸੋਚ ਕੇ ਖੁਸ਼ ਹੁੰਦਾ ਨਾ ਮਾ ਤਾਂ ਇਸ ਇਸ ਤਰ੍ਹਾਂ ਦੇ ਪਰਸਨ ਨੂੰ ਕੀ ਨੈਰਸਿਸਟ ਕਿਹਾ ਜਾਂਦਾ ਠੀਕ ਹੈ ਤੇ ਆਪਸ਼ਨ ਨੰਬਰ B ਕੀ ਹੈ ਨੈਟਰੋਵਰਟ ਨੈਟਰੋਵਰਟ ਕੀ ਹੈ ਜਿਸ ਨੂੰ ਇਕੱਲਾ ਰਹਿਣਾ ਪਸੰਦ ਹੈ ਠੀਕ ਹੈ ਉਗਰ ਕਲੀਅਰ ਹੋ ਗਿਆ ਕਿਹੜਾ ਇਜ਼ ਦਾ ਰਾਈਟ ਆਨਸਰ ਹੋਵੇਗਾ ਤਾਂ ਫਟਾਫਟ ਵੀਡੀਓ ਵਿੱਚ ਕਮੈਂਟ ਕਰ ਦਿਓ ਨੈਟਰੋਵਰਟ ਇਜ਼ ਦਾ ਰਾਈਟ ਆਨਸਰ ਹੋ ਜਾ ਉਹ ਆਪਸ਼ਨ ਨੰਬਰ ਬੀ ਤੇ ਇਸ ਤੋਂ ਨਵਾ ਬ੍ਰਾਗਰੇਟ ਮਤਲਬ ਕੀ ਹੁੰਦਾ ਜੋ ਜ਼ਿਆਦਾ ਸ਼ੋਅ ਆਫ ਕਰੇ ਐਗਜ਼ੈਂਪਲ ਨਵਾਂ ਮੋਟਰਸਾਈਕਲ ਲਿੱਤਾ ਤੁਸੀਂ ਨਵੀਂ ਗੱਡੀ ਲਿੱਤੀ ਹੈ ਉਸ ਨੂੰ ਜ਼ਿਆਦਾ ਸ਼ੋਅ ਆਫ ਕਰਕੇ ਵੀ ਲੋਕਾਂ ਅੱਗੇ ਜਾਣ ਜਾਣ ਕੇ ਪੇਸ਼ ਕਰੇ ਤੇ ਐਕਸਟਰਾਵਰਟ ਕੀ ਹੁੰਦਾ ਇਸ ਦੇ ਆਪੋਜ਼ਿਟ ਹੁੰਦਾ ਜੋ ਸ਼ੋਅ ਆਫ ਨਾ ਕਰੇ ਉਸ ਨੂੰ ਐਕਸਟਰਾਵਰਟ ਕਿਹਾ ਜਾਂਦਾ ਠੀਕ ਹੈ ਇਸ ਵਾਰ ਕੁਐਸਚਨ ਨੰਬਰ 13 ਦੀ ਗੱਲ ਕਰੀਏ ਇਹ ਪਲੇਸ ਟੂ ਵਰੀ ਡੈਡ ਬੋਡੀਜ਼ ਜਿੱਥੇ ਡੈਡ ਬੋਡੀਜ਼ ਨੂੰ ਦਫਨਾਇਆ ਜਾਂਦਾ ਠੀਕ ਹੈ ਉਸ ਨੂੰ ਵਰਡ ਵਰਡ ਵਿੱਚ ਆਪਾਂ ਜੇ ਡਿਫਾਈਨ ਕਰੇ ਤਾਂ ਕੀ ਕਹਾਂਗੇ ਇੱਕ ਤਾਂ ਹੁੰਦਾ ਕੈਟਾਕੋਮ ਠੀਕ ਹੈ ਕੈਟਾਕੋਮ ਆਪਸ਼ਨ ਨੰਬਰ A ਹੈ ਇਸ ਦਾ ਜਿਹਦਾ ਮਤਲਬ ਕੀ ਹੁੰਦਾ ਅੰਡਰਗਰਾਉਂਡ ਜਗ੍ਹਾ ਠੀਕ ਹੈ ਇੱਕ ਜਗ੍ਹਾ ਅਤੇ ਹੋਣੀ ਆ ਵੀ ਕੁਝ ਦਫਨਾਏ ਨੇ ਜਾਂਦਾ ਬਸ ਅੰਡਰਗਰਾਉਂਡ ਜਗ੍ਹਾ ਰਹਿਣ ਵਾਸਤੇ ਠੀਕ ਹੈ ਇੱਕ ਹੁੰਦਾ ਕ੍ਰਿਪਟ ਕੀਮਤੀ ਚੀਜ਼ਾਂ ਨੂੰ ਲੁਕਾਉਣ ਵਾਲੀ ਜਗ੍ਹਾ ਨੂੰ ਕੀ ਕਹਿੰਦੇ ਨੇ ਕ੍ਰਿਪਟ ਕਹਿੰਦੇ ਨੇ ਤੇ ਕਿਉਂਦਾ ਸੈਮੇਟਰੀ ਸੈਮੇਟਰੀ ਕਿਉਂ ਜਿੱਥੇ ਲਾਸ਼ਾਂ ਨੂੰ ਦਬਾਇਆ ਜਾਂਦਾ ਹੈ ਤਾਂ ਆਈ ਹੋਪ ਤੁਹਾਨੂੰ ਰਾਈਟ ਆਨਸਰ ਪਤਾ ਲੱਗ ਗਿਆ ਹੋਵੇਗਾ ਤੇ ਤੁਸੀਂ ਵੀਡੀਓ ਵਿੱਚ ਕਮੈਂਟ ਵੀ ਕਰ ਦਿੱਤਾ ਹੋਵੇਗਾ ਠੀਕ ਹੈ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਹੈ ਸੈਮੇਟਰੀ ਕਿਹਾ ਜਾਂਦਾ ਜਿੱਥੇ ਡੈਡ ਬੋਡੀ ਨੂੰ ਦਬਾਇਆ ਜਾਂਦਾ ਹੈ ਇਸ ਤੋਂ ਇਲਾਵਾ ਸਪੈਲੂਚਰ ਇਹਨੂੰ ਕੀ ਛੋਟਾ ਜਿਹਾ ਕਮਰਾ ਹੁੰਦਾ ਜਿਹਨੂੰ ਸਪੈਲੂਚਰ ਕਿਹਾ ਜਾਂਦਾ ਠੀਕ ਹੈ ਕੁਐਸਚਨ ਨੰਬਰ 14 ਦੀ ਗੱਲ ਕਰੀਏ ਇਹ ਰਿਲੀਜੀਅਸ ਡਿਸਕੋਰਸ ਠੀਕ ਹੈ ਮਤਲਬ ਕਿ ਜਿਹੜੀ ਆਤਮਕਥਾ ਹੁੰਦੀ ਹੈ ਜਿਹੜੀ ਪਰਵਚਨ ਹੁੰਦੇ ਨੇ ਉਹ ਉਸ ਨੂੰ ਇੱਕ ਵਰਡ ਵਿੱਚ ਜੇ ਆਪਾਂ ਡਿਫਾਈਨ ਕਰੀਏ ਕੀ ਕਹਾਂਗੇ ਦੇਖੋ ਆਪਸ਼ਨ ਨੰਬਰ A ਪ੍ਰੀਚ ਪ੍ਰੀਚ ਮੈਨੇ ਕੀ Satsang ਹੁੰਦੀ ਹੈ ਸਟਾਂਜ਼ਾ ਮੈਨੇ ਆਪਾਂ ਨੂੰ ਪਤਾ ਕਵਿਤਾ ਦੀ ਕਿ ਹੈਡਿੰਗ ਹੁੰਦੀ ਹੈ ਹਨਾ ਤਾਂ ਉਸ ਨੂੰ ਆਪਾਂ ਸਟਾਂਜ਼ਾ ਕਹਿੰਦੇ ਆ ਇਸ ਤੋਂ ਲਾਵਾ ਸੈਨੇਟੋਰੀਅਮ ਇਸ ਨੂੰ ਕੀ ਕਹਿੰਦੇ ਨੇ ਪਵਿੱਤਰ ਕਿਹਾ ਜਾਂਦਾ ਠੀਕ ਹੈ ਸਰਮਨ ਪਰਵਚਨ ਸੁਣਨਾ ਤਾਂ ਇਹਦਾ ਰਾਈਟ ਆਨਸਰ ਹੋਵੇਗਾ ਪਰਵਚਨ ਚਾਰ ਰਿਲੀਜੀਅਸ ਰਿਲੀਜੀਅਸ ਡਿਸਕੋਰਸ ਇਸ ਨੂੰ ਆਪਾਂ परवचाल एक वर्ड में डिफाइन कर सदैव सरमन इस राइट आंसर हो जाएगा ऑप्शन नंबर डी इस रंसर ओके इस बात क्वेश्चन नंबर पंद्रह की गल करिए दैट विच कैनोट भी सीन जो दिखाई ना दे मतलब की है इसका जो चीज़ दिखाई ना दे भी, उस वर्ड न कि डिफाइन करेंगे इनसेंसीवल इनफेंगीबल इन विजिवल इन इन अनसीन यही इजी है दोस्तों क्वेश्चन ठीक है ਇਹ ਇਜ਼ੀ ਆਯੋਕਤ ਨੂੰ ਪਤਾ ਹੋਵੇਗਾ ਇਜ਼ ਦਾ ਰਾਈਟ ਆਨਸਰ ਕੀ ਹੈ ਬਾਕੀ ਜਿਹੜੇ ਆਪਸ਼ਨ ਨੇ ਇਹਨਾਂ ਦੀ ਪੰਜਾਬੀ ਵੀ ਨਾਲ-ਨਾਲ ਲਿਖ ਲਿਆ ਕਰੋ ਕਿਉਂਕਿ ਐਗਜ਼ਾਮ ਵਿੱਚ ਪਤਾ ਨਹੀਂ ਇਹ ਕੁਐਸਚਨ ਨਾ ਆਵੇ ਬਟ ਇਹ ਵਰਡਸ ਆ ਜਾਂਦੇ ਨੇ ਜਿਹੜੇ ਆਪਸ਼ਨ ਨੇ ਠੀਕ ਹੈ ਤਾਂ ਅਗਰ ਕਿ ਮੈਂ ਪੰਜਾਬੀ ਨਾਲ ਦੇ ਨਾਲ ਤੁਹਾਨੂੰ ਲਿਖਾਈ ਜਿੰਨਾ ਠੀਕ ਹੈ ਤਾਂ ਇਨਸੈਂਸਿਬਲ ਮੈਨੇ ਕੀ ਹੁੰਦਾ ਜਿਸ ਨੂੰ ਸਮਝ ਨਾ ਆਵੇ ਠੀਕ ਹੈ ਸੈਂਸ ਸੈਂਸ ਮਤ ਤੋਂ ਆਪਾਂ ਸਮਝ ਸਕਦੇ ਹਾਂ ਸੈਂਸ ਮਤਲਬ ਸੈਂਸਿਬਲ ਜਾਂ ਸੈਂਸ ਅਨਸੈਂਸਿਬਲ ਇਹ ਵੜਾ ਭਾ ਇਜ਼ੀਲੀ ਨਾਰਮਲੀ ਸੁਣਦੇ ਨੇ ਠੀਕ ਹੈ ਤਾਂ ਜਿਸ ਨੂੰ ਸਮਝਣਾ ਹੋਵੇ ਉਸ ਨੂੰ ਕੀ ਕਹਿੰਦੇ ਇਨਸੈਂਸਿਬਲ ਕਹਿੰਦੇ ਆ ਇਨਫੈਂਜੀਵਲ ਕਿਨੂੰ ਕਹਿੰਨੇ ਆਪਾਂ ਜਿਸ ਚੀਜ਼ ਨੂੰ ਆਪਾਂ ਟੱਚ ਨਾ ਕਰ ਸਕੀਏ ਉਸ ਨੂੰ ਇਨਫੈਂਜੀਵਲ ਕਹਿ ਸਕਦੇ ਹਾਂ ਤੇ ਇਨਵੀਜ਼ਿਵਲ ਨਾ ਦੇਖਣ ਵਾਲਾ ਠੀਕ ਹੈ ਇਹ ਹੀ ਇਜ਼ ਦਾ ਰਾਈਟ ਆਨਸਰ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਹੈ ਤੇ ਅਨਸੀਨ ਤੁਹਾਨੂੰ ਪਤਾ ਜੋ ਕਦੇ ਨਹੀਂ ਦੇਖਿਆ ਹੋਵੇ ਠੀਕ ਹੈ ਇਸ ਨੂੰ ਅਨਸੀਨ ਕਿਹਾ ਜਾਂਦਾ ਉਹ ਕੋਈ ਦੋਸਤੋ ਹੁਣ ਜੇ ਇਸ ਵੀਡੀਓ ਦੇ ਤੁਹਾਡੇ 50 ਲਾਈਕ ਤੇ 87 ਕਮੈਂਟ ਆ ਜਾਂਦੇ ਨੇ ਤਾਂ ਇਸ ਦਾ ਨੈਕਸਟ ਪਾਰਟ ਜਿਹੜਾ ਉਹ ਵੀ ਤੁਹਾਨੂੰ ਜਲਦ ਤੋਂ ਜਲਦ ਪ੍ਰੋਵਾਈਡ ਕਰਵਾ ਦੇਵਾਂਗਾ ਠੀਕ ਹੈ